Hi guys, welcome back. I hope you had your cha, coffee, whatever. We are back with Sikshinder Shinda and I will be asking him more questions. Okay, ਹੁਣ ਮੈਨੂੰ ਇੱਕ ਪਹਿਲਾ ਜਿਹੜਾ ਸਵਾਲ ਸੀ, ਤੁਸੀਂ ਆਪਦੇ ਆਵਾਜ਼ ਦੇ ਵਿੱਚ ਕਿੰਨੇ ਗਾਣੇ ਗਾਏ ਨੇ? ਓਹ, ਤੇ ਮੈਂ ਕਦੇ ਗਿਣੇ ਨਹੀਂ ਕਿਉਂਕਿ ਬਹੁਤ ਸਾਰੇ ਇਹਦੇ ਡਿਵੋਸ਼ਨਲ ਸੌਂਗ ਵੀ ਸੀਗੇ ਬਹੁਤ, ਹਾਂਜੀ ਤੇ ਭੰਗੜੇ ਵਾਲੇ ਤਾਂ ਚਲੋ ਸੀਗੇ ਅਤੇ ਮੈਨੂੰ ਹੁਣ ਯਾਦ ਨਹੀਂ, ਲੇਕਿਨ ਮੈਂ ਕੋਸ਼ਿਸ਼ ਜਿੰਨੇ ਵੀ ਕੀਤੇ ਵੀ ਡਿਫਰੈਂਟ ਸਟਾਈਲ ਦੇ, ਮਤਲਬ ਜਿਸ ਤਰ੍ਹਾਂ ਬੱਲੇ ਸੀਗਾ ਸੁਰਮਾ 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 ਨੇ ਨੀ ਪਾ ਕੇ ਤੁਰਨਾ ਤੁਰਨਾ ਤੁਰ, ਫਿਰ ਅੱਜ ਦਿਨ ਖੁਸ਼ੀਆਂ ਦਾ ਸਜਣਾ ਆ ਗਿਆ ਜੀ ਕਹਿੰਦੇ ਮੇਲ ਨਾਨ ਚੜ੍ਹਦੀ ਕਲਾ ਵਿੱਚ ਜਾਣ ਜਾਣ ਮੰਗਾ ਸਿਨਕਾ ਕਹਿੰਦੀ ਮਿੱਤਰ ਹਾਂ ਫਿਰ ਮਾਲਾ ਵਿੱਚ ਨਾ ਚੀਰ ਕੁੜੇ ਸਾਡੇ ਦਿਲ ਦੇ ਬਹੁਤ ਸਾਰੇ ਗੀਤ ਆ ਹੁਣ ਮਨ ਨੇ ਮਿਲੀਆਂ ਨੇ ਕਹਿੰਦੇ ਮੁੰਡੇ ਤੈਨੂੰ ਸਾਰੇ ਸੋ ਇਹ ਨਹੀਂ ਮੈਨੂੰ ਪਤਾ ਕਿੰਨੇ ਆ ਪਰ ਲੋਕਾਂ ਨੇ ਪਿਆਰ ਬਹੁਤ ਦਿੱਤਾ ਕੀਤਾ ਨੂੰ ਮੈਨੂੰ ਇਹ ਯਾਦ ਆ ਵੀ ਕਿਤੇ ਵੀ ਮੈਂ ਕਿਤੇ ਜਾਂਦਾ ਪ੍ਰੋਗਰਾਮ 'ਚ ਨਾ ਆਈ ਕੈਨ ਸਿੰਗ ਫੋਰ 3-4 ਆਵਰਸ ਨੋਨ ਸਟਾਪ ਮੇਰੇ ਆਪਣੇ ਗੀਤ ਇੰਨੇ ਕੁ ਮੇਰੇ ਕੋਲ ਗੀਤ ਹੈਗੇ ਆ ਅਤੇ ਲੋਕਾਂ ਨੂੰ ਵੀ ਯਾਦ ਹੁੰਦੇ ਗੀਤ। ਹਾਂ ਮੈਂ ਕਦੋਂ ਪੁੱਛਣੀ ਸੀਗੀ ਹੁਣ ਜਿੱਦੀ ਜਿੱਦਾਂ ਤੁਸੀਂ ਲਾਈਕ ਤੁਹਾਡੀ ਉਮਰ ਓਬਵੀਅਸਲੀ ਵਧਦੀ ਜਾਂਦੀ ਆ, ਤੁਹਾਡੀ ਆਵਾਜ਼ ਨੂੰ ਤੁਹਾਨੂੰ ਫਰਕ ਲੱਗਦਾ ਕਿ ਪੈਂਦਾ ਕੋਈ ਕਿ ਨਹੀਂ? ਨਹੀਂ, ਬੰਦਾ ਪ੍ਰੈਕਟਿਸ ਕਰੀ ਜਾਵੇ ਤਾਂ ਠੀਕ ਹੁੰਦਾ ਨਾ। ਉਸਤਾਦ ਜੀ ਇੱਕ ਬੰਦਾ ਜੇ ਗਾਣਾ ਨਹੀਂ ਕਦੇ ਮਹੀਨੇ ਬਾਅਦ ਤਾਂ ਫਿਰ ਆਪ ਹੀ ਪ੍ਰੈਕਟਿਸ ਕਰਦਾ ਰਹੇ ਤਾਂ ਠੀਕ ਰਹਿੰਦੀ ਆ। ਇਸ ਲਾਈਕ ਯੋਰ ਹੈਲਥ ਹੈ ਨਾ, ਜੇ ਬੰਦੇ ਦੀ ਸਿਹਤ ਖਰਾਬ ਹੋਵੇ ਤਾਂ ਉਹ ਐਕਸਰਸਾਈਜ਼ ਕਰਦਾ ਵੀ ਠੀਕ ਰਹਿੰਦਾ, ਜੇ ਬੰਦੇ ਨੇ ਕੁਛ ਕਰਨਾ ਹੀ ਨਹੀਂ ਤਾਂ ਖਾਈ ਜਾਣਾ ਤਾਂ ਸਿਹਤ ਖਰਾਬ ਹੀ ਹੋਣੀ ਆ। ਅੱਛਾ, ਹਾਊ ਮੈਨੀ ਅਪਕਮਿੰਗ ਪ੍ਰੋਜੈਕਟਸ, ਹੁਣ ਕਿੰਨੇ ਗਾਣੇ ਤੁਸੀਂ ਹੁਣ ਜਿਹੜੇ ਲਾਈਨ 'ਚ ਰੱਖੇ ਆ ਕੱਢਣ ਲਈ? ਇੱਕ ਤਾਂ ਚਲੋ ਹੁਣ ਜਿਹੜਾ ਆ ਰਿਹਾ ਨਵਾਂ, ਹਾਂਜੀ ਟਾਊਨ ਵਿੱਚ ਗੱਲਾਂ ਹੁੰਦੀਆਂ ਅਤੇ ਇਹ ਲਿਖਿਆ ਲਾਲ ਅਠੌਲੀ ਵਾਲੇ ਨੇ, ਬਹੁਤ ਫੇਮਸ ਰਾਈਟਰ ਇੰਡੀਆ ਤੋਂ। ਸੋ ਇਹਦੇ ਵਿੱਚ ਵੀ ਇਹ ਦੁਬਈ ਸ਼ੂਟ ਕੀਤੀ ਵੀਡੀਓ, ਹਾਂਜੀ ਅਤੇ ਉਸ ਤੋਂ ਬਾਅਦ ਇਹ ਮੇਰੀ ਸੋਲੋ ਸੌਂਗਸ ਕਿਉਂਕਿ ਹੁਣ ਸੀਜ਼ਨ ਚੱਲ ਰਿਹਾ ਨਾ ਵਿਆਹਾਂ ਸ਼ਾਦੀਆਂ ਦਾ, ਅਤੇ ਉਸ ਤੋਂ ਬਾਅਦ ਕਲੈਬੋਰੇਸ਼ਨ 4 ਵੀ ਉਹਦੇ ਵੀ ਸੀਰੀਜ਼ ਤਿਆਰ ਆ, ਉਹ ਵੀ ਰਾਹਤ ਫਤਿਹ ਦੇ ਨਾਲ, ਉਹਦੇ ਨਾਲ ਵੀ ਗੀਤ ਆ, ਹੋਰ ਵੀ ਅੱਛੇ ਅੱਛੇ ਸਿੰਗਰ ਆ ਉਹਦੇ ਵਿੱਚ। ਅਤੇ ਉਸ ਤੋਂ ਇਲਾਵਾ ਅਤੇ ਮੈਂ ਚਾਹੂੰਗਾ ਵੀ ਮੇਰੀ ਢੋਲ ਬੀਟ ਸੀਰੀਜ਼ ਹੁੰਦੀ ਸੀਗੀ ਉਹ ਵੀ ਮੈਂ ਕੰਟੀਨਿਊ, ਸੋ ਲੋਟ ਆਫ ਥਿੰਗਸ ਇਨ ਦ ਪਾਈਪਲਾਈਨ, ਪਰ ਹੁਣ ਥੋੜ੍ਹੇ ਬਿਜ਼ੀ ਆ ਪ੍ਰੋਗਰਾਮਸ ਦੇ ਵਿੱਚ, ਸੋ ਵਿੱਚ ਵਿੱਚ ਕਰੀ ਜਾਂਦੇ ਹਾਂ ਬਿਕੋਜ਼ ਬਿਫੋਰ ਪੀਪਲ ਯੂਸ ਟੂ ਬਾਈ ਸੀਰੀਜ਼, ਯੂ ਨੋ ਯੂ ਕੁਡ ਹੈਵ ਡਨ ਵੇਰੀਏਸ਼ਨਸ ਆਫ ਮਿਊਜ਼ਿਕ, ਨਾਊ ਇਟਸ ਜਸਟ ਵਨ ਸੌਂਗਸ, ਈਵਨ ਇਫ ਯੂ ਡੂ ਅ ਸੀਡੀ ਔਰ ਐਲਬਮ, ਆਈ ਮੀਨ ਐਲਬਮ ਨੋ ਵਨ ਰੀਲੀ, ਇਟਸ ਜਸਟ ਲਾਈਕ ਵਨ ਸੌਂਗਸ, ਯੂ ਨੋ ਨੋ ਵਨ ਰੀਲੀ ਡਾਊਨਲੋਡਸ ਦੈਟ ਮਚ ਨਾਊ। How did you, because now iTunes, Spotify, social media, back in the days, you see, how did you get your songs to folk? The CD thing is very easy. CD. And people used to go in the shop and they'd say, which CD, and kind of 5-6 CD, and they'd say, come here. Okay, it was a line. And then there was a Canada company called India, a company, UK, Shabir Sahib, movie box. So it's very easy, they go to the shop, you know, and they listen maybe one song or two, and, you know, Okay. Before when the cassettes, you know, when we used to go to buy cassettes and you go into the shop and you go, yaar, geet, he'd play the first song, maybe the second. Kehna bhai, dusra pasa, the end do geet. So loki kehnde ve ek do, te jehda end do song mere top de hone chahide hai. Tape de vich, na? Haanji, haan. Te kai edda vi hunda siga, ki tape leke na kise nu nahi pasand aayi, te wapas chal jana, kehna yaar, bhaji, maza nahi aaya. Kehna yaar, chal edda kar, leya te dui chak la. ਪੈਸੇ ਨਹੀਂ ਦੇਣੇ ਵਾਪਸ, ਇਹ ਮੈਨੂੰ ਐਕਸਚੇਂਜ ਕਰ ਲਾ, ਇੱਦਾਂ ਵੀ ਹੋ ਜਾਂਦਾ ਹੈਗਾ। ਤੁਸੀਂ ਹੁਣ ਸਾਰੀ ਦੁਨੀਆ ਘੁੰਮੀ, ਸਭ ਤੋਂ ਫੇਵਰੇਟ ਕੰਟਰੀ ਤੁਹਾਨੂੰ ਕਿਹੜੀ ਲੱਗੀ? ਦੇਖੋ ਸਾਰੇ ਵਧੀਆ, ਹਰੇਕ ਕੰਟਰੀ ਦਾ ਆਪਣਾ, ਮੈਨੂੰ ਕੋਈ ਕਹਿੰਦੇ ਖਾਣਾ, ਮੈਂ ਕਿਹਾ ਮੈਨੂੰ ਖਾਣਾ ਕਿ ਨਹੀਂ ਆ ਸਭ ਤੋਂ ਵਧੀਆ ਲੱਗਿਆ, ਕਹਿੰਦੇ ਕਿ ਨਹੀਂ ਆ, ਮੈਂ ਕਿਹਾ ਕਹਿੰਦਾ ਕਿੱਦਾਂ, ਮੈਂ ਕਿਹਾ ਸਭ ਤੋਂ ਫਰੈਸ਼, ਉੱਥੇ ਤੁਸੀਂ ਐਪਲ ਖਾ ਰਹੇ ਹੋ ਤਾਂ ਪਤਾ ਲੱਗ ਰਿਹਾ ਵੀ ਕੁਛ ਖਾ ਰਹੇ ਹਾਂ, ਨਾ ਕਿ ਤੁਹਾਨੂੰ ਐਪਲ ਖਾ ਰਹੇ ਤਾਂ ਟੇਸਟ ਆਲੂ ਵਰਗਾ ਆ ਗਿਆ, ਕਿਉਂਕਿ ਫਰੈਸ਼ ਸਭ ਕੁਛ ਔਰਗੈਨਿਕ ਹੈ ਨਾ। ਫਿਰ ਮੈਂ ਪੁੱਛਿਆ ਵੀ ਉੱਥੇ ਜਾ ਕੇ, ਕਹਿੰਦੇ ਔਰਗੈਨਿਕ ਹੈ, ਜਿੱਦਾਂ ਅੱਜ ਕੱਲ੍ਹ ਇੰਡੀਆ 30-35 ਸਾਲ ਪਹਿਲਾਂ ਹੁੰਦਾ ਸੀਗਾ ਨਾ ਔਰਗੈਨਿਕ, ਹੁਣ ਤਾਂ ਸਾਰੇ ਦਵਾਈਆਂ ਦੇ ਨਾਲ ਹੈ ਨਾ, ਸੋ ਉਹ ਚੀਜ਼ ਬੜੀ ਫਰੈਸ਼ਨੈਸ ਉੱਥੇ ਮੈਨੂੰ ਵਧੀਆ ਲੱਗੀ। ਬਾਕੀ ਸਾਰੇ ਅੱਛੇ ਅੱਛੇ ਲੋਕ ਜਿੱਥੇ ਵੀ ਗਏ ਹਾਂ ਅਤੇ ਬੜਾ ਪਿਆਰ ਦਿੱਤਾ, ਅਤੇ ਆਈ ਓਲਵੇਜ਼ ਟ੍ਰਾਈ ਟੂ ਸੀ ਜਿੱਥੇ ਕੰਟਰੀਜ਼ ਜਾਣਾ ਪਏ ਉਹਦੇ ਖਾਸ ਕੀ ਹੈ ਚੀਜ਼, ਅਤੇ ਉਹ ਵੀ ਖਾਣੀ ਅਤੇ ਦੇਖਣਾ ਵੀ ਘੁੰਮ ਕੇ। ਤੁਸੀਂ ਕਹਿੰਦੇ ਤੋਂ ਆ ਫਿਰ? ਨਹੀਂ ਮੈਂ ਹੈਗਾ ਤਾਂ ਇੱਥੇ ਹੀ ਹਾਂ, ਪੁੱਤਾਂ ਮੈਂ ਪ੍ਰੋਗਰਾਮਸ ਕਰਨ ਗਿਆ ਉੱਥੇ। ਮੇਰੇ ਨਾਨਾ ਜੀ ਕਹਿੰਦੇ ਆ? ਅੱਛਾ, ਹਾਂ ਮੇਰੇ ਉਸਤਾਦ ਜੀ ਕਹਿੰਦੇ ਤੋਂ ਆ? ਅੱਛਾ, ਹਾਂ ਤੂੰ ਤਾਂ ਮੈਂ ਬਹੁਤ ਤਰੀਕੇ ਨਾਲ ਪ੍ਰੋਗਰਾਮਸ ਕਰਨ ਉੱਥੇ। ਓਕੇ, ਸਭ ਤੋਂ ਫੇਵਰਿਟ ਖਾਣਾ ਅੱਛਾ ਕਹਿੰਦੇ ਦਾ? ਹਾਂਜੀ। ਅੱਛਾ, ਤੇ ਇੰਡੀਅਨ ਹੀ ਵਧੀਆ ਲੱਗਦਾ? ਇੰਡੀਆ ਤਾਂ ਚਲੋ ਹੈ ਹੀ ਆ, ਹਾਂਜੀ ਇੰਡੀਆ ਦੇ ਜੋ ਅੱਜ ਕੱਲ੍ਹ ਜਿਸ ਤਰ੍ਹਾਂ ਮੈਂ ਕਹਿੰਦਾ ਉੱਥੇ ਕੋਈ ਡਿਸਿਪਲਿਨ ਹੈ ਨਹੀਂ। ਅੱਛਾ, ਤੇਰੀ ਆਹ ਗੱਲ ਨਾ, ਇਹ ਨਹੀਂ ਮੈਨੂੰ ਚੰਗੀ ਲੱਗਦੀ, ਚਲੋ ਮਾਲਕ ਕਰੇ ਅਤੇ ਠੀਕ ਹੋ ਜਾਵੇ। ਤੁਸੀਂ ਹੁਣ ਦੁਬਈ ਗਏ, ਭਗਵੰਤ ਮਾਨ ਜੀ ਆਏ ਹੋ ਕੁਛ ਠੀਕ ਕਰਨ ਕੇ ਮੈਨੂੰ ਲੱਗਦਾ। ਯਾਰ ਨਹੀਂ ਨਹੀਂ ਪੱਕਾ ਕਰੂੰਗੀ, ਪੋਲਿਟਿਕਸ ਬਾਰੇ ਗੱਲ ਨਹੀਂ ਕਰਨੀ ਪਰ ਪੱਕਾ ਕਰਾਂਗੀ। ਅਤੇ ਹੁਣ ਤੁਸੀਂ ਦੁਬਈ ਗਏ ਸੀਗੇ, ਦੁਬਈ ਤੁਹਾਨੂੰ ਕਿੱਦਾਂ ਲੱਗਾ ਅਤੇ ਗਾਣੇ ਬਾਰੇ ਥੋੜ੍ਹਾ ਜਿਹਾ ਦੱਸੋ? ਹਾਂਜੀ ਦੁਬਈ ਬਹੁਤ ਵਧੀਆ, ਇਟਸ ਅ ਨਾਈਸ ਪਲੇਸ, ਹੈ ਨਾ, ਅਤੇ ਉਹਦੇ 'ਚ 3 ਗੀਤ ਮੈਂ ਸ਼ੂਟ ਕੀਤੇ ਆ।
ਹਾਂਜੀ ਕਿਉਂਕਿ ਲੋਕਡਾਊਨ ਸੀਗਾ ਉਸ ਤੋਂ ਬਾਅਦ ਮੈਂ ਗਿਆ 2 ਸਾਲਾਂ ਬਾਅਦ ਇੰਡੀਆ ਉਸ ਤੋਂ ਬਾਅਦ ਸੋ ਇਸ ਕਰਕੇ ਉਹ ਪੇਂਟਿੰਗ ਸੀਗਾ ਲੇਕਿਨ ਬਹੁਤ ਵਧੀਆ ਐਂਡ ਆਸ ਹੈ ਵੀ ਗੀਤ ਪਸੰਦ ਕਰਨਗੇ ਇਹਦੇ ਵਿੱਚ ਮੈਂ ਜ਼ਿਆਦਾ ਬਾਰੇ ਦੱਸਣਾ ਨਹੀਂ ਤੁਸੀਂ ਪੇਂਟਿੰਗ ਦੇਖਿਓ ਵੀ ਜਿਹੜੇ ਮੇਨ ਮੈਸੇਜ ਇਹ ਆ ਵੀ ਟਾਊਨ ਵਿੱਚ ਗੱਲਾਂ ਹੁੰਦੀਆਂ ਹਾਂਜੀ ਸਾਡਾ ਦੁਨੀਆਂ 'ਤੇ ਤੋੜ ਕੋੜਾਂ ਯਾਰ ਨੇ ਬਰੂਦ ਵਰਗੇ ਸਾਨੂੰ ਅਸਲੇ ਦੀ ਲੋੜ ਕੋਈ ਨਾ ਹਾਂਜੀ ਸੋ ਮੇਰੇ ਯਾਰ ਦੋਸਤ ਹੀ ਬਰੂਦ ਵਰਗੇ ਆ ਅਤੇ ਮੈਨੂੰ ਕੀ ਵੈਪਨਸ ਤੋਂ ਮੈਂ ਕੀ ਲੈਣਾ ਕਿਸੇ ਨਾਲ ਧੱਕਾ ਕਦੇ ਹੋਣ ਨਹੀਂ ਦੇਈਦਾ ਮਾਰਿਆਂ ਕਮਾਂ ਨੂੰ ਨੱਕਾ ਲਾਉਣ ਨਹੀਂ ਦੇਈਦੇ ਮਾਵਾਂ ਦੀਆਂ ਛਾਵਾਂ ਸਿਰ 'ਤੇ ਮਾਵਾਂ ਦੀਆਂ ਛਾਵਾਂ ਸਿਰ 'ਤੇ ਭਾਵੇਂ ਆਲੇ ਦੁਆਲੇ ਬੋਰਡ ਕੋਈ ਨਾ ਭਾਵੇਂ ਦਰਖਤ ਬੋਰਡ ਹੁੰਦਾ ਪੁਰਾਣਾ ਟ੍ਰੀ ਇੰਡੀਆ ਦੇ ਵਿੱਚ ਉਹ ਆ ਕੇ ਬਹਿੰਦੇ ਹੁੰਦੇ ਨਾ ਪੁਰਾਣੇ ਬੰਦੇ ਕਹਿੰਦਾ ਮਾਵਾਂ ਦੀਆਂ ਛਾਵਾਂ ਸਿਰ 'ਤੇ ਹਾਂਜੀ ਭਾਵੇਂ ਆਲੇ ਦੁਆਲੇ ਬੋਰਡ ਕੋਈ ਨਾ ਯਾਰ ਨੇ ਬਰੂਦ ਵਰਗੇ ਸਾਨੂੰ ਅਸਲੇ ਦੀ ਲੋੜ ਕੋਈ ਨਾ ਬੜੀ ਅੱਛੀ ਵਰਡਿੰਗ ਲਿਖੀ ਲਾਲ ਅਠੌਲੀਆ ਨੇ ਅਤੇ ਮੈਂ ਕੋਸ਼ਿਸ਼ ਕੀਤੀ ਉਹਦੇ ਟਿਊਨ ਬਣਾਉਣ ਨੂੰ ਅਤੇ ਗਾਉਣ ਦੇ ਅਤੇ ਬਾਕੀ ਲੋਕ ਦੱਸਣਗੇ ਅੱਛਾ ਕਿਹੋ ਜਿਹਾ ਗਾਣਾ ਵਿਆਹ ਵਾਸਤੇ ਨਹੀਂ ਨਹੀਂ ਇਹ ਬੜਾ ਖੜਕੇ ਦਰ ਕੇ ਵਾਲਾ ਲੇਕਿਨ ਮੈਸੇਜ ਵੀ ਅੱਛਾ ਆ ਅਤੇ ਭੰਗੜਾ ਵੀ ਪੈ ਸਕਦਾ ਓਕੇ ਹਾਂ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਆ ਸੂਫੀ ਗਾਣੇ ਜਾਂ ਭੰਗੜੇ ਵਾਲੇ ਨਹੀਂ ਦੇਖੋ ਕੋਈ ਵੀ ਗੀਤ ਹੈ ਲੇਕਿਨ ਭੰਗੜੇ ਵਾਲੇ ਮੈਨੂੰ ਬਹੁਤ ਅੱਛੇ ਕਿਉਂਕਿ ਲੋਕ ਡਾਂਸ ਕਰ ਰਹੇ ਆ ਇੰਜੋਏ ਕਰ ਰਹੇ ਆ ਹੁਣ ਮੈਨੂੰ ਕਹਿੰਦੇ ਕਿ ਤੂੰ ਸੈਡ ਗੀਤ ਬਹੁਤ ਘੱਟ ਗਾਉਂਦਾ ਮੈਂ ਕਿਹਾ ਦੁਨੀਆਂ ਤਾਂ ਆਲਰੇਡੀ ਸੈਡ ਮੈਂ ਕਿਉਂ ਹੋਰ ਗੱਲ ਸੈਡ ਕਰਨੀ ਆ ਮੈਂ ਤਾਂ ਨੱਚਣ ਵਾਲੀ ਗੱਲ ਕਰਨੀ ਹੈ ਠੀਕ ਹੈ ਖੁਸ਼ੀ ਦੀ ਗੱਲ ਕਰਨੀ ਹੈ ਇਹ ਚੀਜ਼ ਹੈ ਨਹੀਂ ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਕਿਉਂਕਿ ਜਦੋਂ ਮੈਂ ਵਿਆਹ 'ਤੇ ਜਾਂਦੀ ਹੁੰਦੀ ਇਹ ਜੇ ਤੁਹਾਡੇ ਗਾਣੇ ਲੱਗਦੇ ਹੁੰਦੇ ਆ ਸੋਹਣੀ ਲੱਗਦੀ ਇਹ ਗਾਣੇ ਲੱਗਦੇ ਹੁੰਦੇ ਆ ਅਤੇ ਆਮ ਜਿਸ ਵਿੱਚ ਥੈਂਕ ਯੂ ਵੈਰੀ ਮੱਚ ਅਤੇ ਬਾਕੀ ਲੋਕਾਂ ਨਾਲ ਜਿਸ ਤਰ੍ਹਾਂ ਯੰਗਸਟਰ ਬਹੁਤ ਵਧੀਆ ਕੰਮ ਕਰ ਰਹੇ ਇੱਥੇ ਵੀ ਬ੍ਰਿਟਿਸ਼ ਹੈ ਵੀ ਬਹੁਤ ਵਧੀਆ ਕੰਮ ਕਰ ਰਹੇ ਅਗਲੇ ਜਨਰੇਸ਼ਨ ਵਾਸਤੇ ਵੀ ਹੈ ਨਾ ਪੀਪਲ ਸੇ ਟੂ ਮੀ ਯੂ ਕੈਨ ਸੇ ਵਾਟਸ ਯੂਰ ਮੈਸੇਜ ਫੋਰ ਦਾ ਯੰਗਸਟਰਸ ਹਾਂਜੀ ਇਹ ਮੇਰਾ ਅਗਲਾ ਸਵਾਲ ਇਟਸ ਵੈਰੀ ਗੁੱਡ ਮੈਂ ਕਿਹਾ ਇਟਸ ਆਲ ਔਨ ਦਾ ਕੰਪਿਊਟਰ ਨਾਊ ਵਿਚ ਇਜ਼ ਵੈਰੀ ਗੁੱਡ ਯੂ ਨੋ ਬਟ ਆਮ ਅ ਬਿਟ ਓਲਡ ਸਕੂਲ ਯੂ ਨੋ ਫਿਰ ਟ੍ਰੈਡੀਸ਼ਨਲ ਤਬਲੇ ਬਾਜੇ ਨਾਲ ਟਿਊਨ ਸੈੱਟ ਕਰਨੀ ਆ ਇਹ ਚੀਜ਼ ਮੈਂ ਲਾਈਕ ਕਰਨਾ ਹੁਣ ਕੰਪਿਊਟਰ ਵੀ ਮੇਰੇ ਕੋਲ ਹੁੰਦਾ ਲੇਕਿਨ ਮੈਂ ਜ਼ਿਆਦਾ ਤਬਲੇ ਬਾਜੇ ਦੇ ਪੈਣਾ ਪਰ ਨਹੀਂ ਇਹ ਵਧੀਆ ਕਿਉਂਕਿ ਬਹੁਤ ਅੱਜ ਕੱਲ੍ਹ ਦੇ ਪੈਸੇ ਦੇ ਕੇ ਤੁਸੀਂ ਗਾਇਕ ਬਣ ਸਕਦੇ ਹੋ ਕਿਉਂਕਿ ਕੰਪਿਊਟਰ ਦੀ ਜਿਹੜੀ ਗੱਲ ਹੈ ਨਾ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਪਹਿਲਾਂ 4 ਘੰਟੇ ਮੈਂ ਸਾਊਂਡ ਲੱਭਣ ਨੂੰ ਲਾ ਦੂੰਗਾ ਮੈਂ ਫਿਰ ਹੋਏ ਨਾ 4 ਘੰਟੇ ਮੈਂ ਬਾਜੇ ਤੇ ਮੈਂ ਕਿਹਾ ਬਹਿ ਕੇ ਤਬਲੇ ਤੇ ਮੈਂ ਕੋਈ ਕੰਪੀਟੀਸ਼ਨ ਬਣਾਊਂਗਾ ਜਾਂ ਹੋਰ ਕੀ ਬਣਾਊਂਗਾ ਮੈਂ ਉੱਥੇ ਸਾਊਂਡ 8 ਘੰਟੇ ਤੋਂ ਲੱਭਾਂਗਾ ਸਾਊਂਡ ਲੱਭਣ ਨੂੰ ਜਾਂ ਬੀਟ ਮੈਂ ਕਿੱਥੋਂ ਲੱਭਣੀ ਹੈ ਸੋ ਪਰ ਇਟਸ ਚੇਂਜ ਨਾਓ ਹੈ ਨਾ ਜਿੱਦਾਂ ਹੁਣ ਯੂ ਹੇਅਰ ਦ ਸੌਂਗਸ ਨਾਓ ਦਿਸ ਸਾਊਂਡ ਲਾਈਕ ਇੰਗਲਿਸ਼ ਸੌਂਗਸ ਹੈ ਨਾ ਵਿਚ ਇਜ਼ ਗੁੱਡ ਹੈ ਨਾ ਲੇਕਿਨ ਇਨ ਦਿਸ ਸੌਂਗ ਇਹ ਸਾਰਾ ਲਾਈਵ ਰੱਖਿਆ ਮੈਂ ਅੱਛਾ ਲਾਈਵ ਇੰਸਟਰੂਮੈਂਟਸ ਠੀਕ ਹੈ ਨਾ ਜਿਹੜੇ ਵੀ ਇੰਸਟਰੂਮੈਂਟਸ ਵੱਜੇ ਸਾਰੇ ਲਾਈਵ ਵੱਜੇ ਆ ਸੋ ਤੁਹਾਨੂੰ ਫੀਲ ਅਲੱਗ ਆਊਗੀ ਜਿਸ ਤਰ੍ਹਾਂ ਪਹਿਲਾਂ ਗੀਤੇ ਮੈਂ ਹੈ ਨਾ ਉਹ ਵੀ ਲਾਈਵ ਹੀ ਹੁੰਦੇ ਸੀਗੇ ਤੇ ਉਦਾਂ ਦਾ ਫੀਲ ਮੈਂ ਰੱਖਿਆ ਕਿਉਂਕਿ ਆਈ ਵਾਂਟ ਟੂ ਬ੍ਰਿੰਗ ਦੈਟ ਯੂਕੇ ਸਾਊਂਡ ਬੈਕ ਆਈ ਕੈਨ ਡੂ ਦਿਸ ਇੰਗਲਿਸ਼ ਮਿਊਜ਼ਿਕ ਐਸ ਵੈਲ ਨੋ ਪ੍ਰੋਬਲਮ ਲੇਕਿਨ ਮੈਂ ਚਾਹੁੰਦਾ ਵੀ ਜਿਹੜਾ ਐਜ਼ ਅ ਬੀਨ ਅ ਮਿਊਜ਼ੀਸ਼ੀਅਨ ਆਈ ਵਾਂਟ ਟੂ ਹੀਅਰ ਦੈਮ ਇੰਸਟਰੂਮੈਂਟਸ ਯੂ ਨੋ ਦਾ ਤਬਲਾ ਢੋਲ ਤੇ ਹਾਰਮੋਨੀਅਮ ਸਰੰਗੀ ਆਈ ਲਵ ਦ ਸਾਊਂਡ ਯੂ ਨੋ ਇਟਸ ਸੋ ਰਿਚ ਤੁਸੀਂ ਹੁਣ ਤੇਰੇ ਵਾਲਾਂ ਵਿੱਚ ਲੱਗੀ ਕਰੇ ਉਹ ਤੁਸੀਂ ਕੀਤਾ ਸੀ ਨਾ ਪਹਿਲੇ ਗਾਣੇ ਦੇ ਵਿੱਚ ਤੁਸੀਂ ਦੂਜੇ 'ਚ ਵੀ ਕੀਤਾ ਸੀ ਇੱਕ ਹੋਰ ਵੀ ਗਾਣਾ ਆਊਗਾ ਤੁਸੀਂ ਹੋਰ ਵੀ ਕਰੋਗੇ ਫਿਊਚਰ ਦੇ ਵਿੱਚ ਕਿ ਨਹੀਂ ਹਾਂਜੀ ਤੁਸੀਂ ਪਹਿਲੇ ਸੀ ਜਿਨ੍ਹਾਂ ਨੇ ਕੀਤਾ ਜੀ ਜੀ ਉਹ ਕੀ ਕਹਿੰਦੇ ਨਾ ਵੀ ਪੰਜਾਬੀ ਰੈਪ ਹਾਂਜੀ ਉਸ ਸੀਗੇ ਸੀ ਦੈਟ ਵਨ ਅਬਾਊਟ ਦੈਟ ਸਟਾਈਲ ਇਨ 2003 ਦੈਟ ਵਾਸ ਮਾਈ ਫਰਸਟ ਟਾਈਪ ਗੱਲ ਸੁਣ ਜਾ ਹਾਂਜੀ ਐਟ ਦੈਟ ਟਾਈਮ ਆਈ ਵਾਸ ਥਿੰਕਿੰਗ ਮੈਂ ਏਐਸ ਕੰਗ ਜੀ ਲਈ ਜੈਜ਼ੀ ਬੀ ਲਈ ਬਹੁਤ ਸਾਰੀਆਂ ਟੇਪਾਂ ਕਰ ਚੁੱਕਾ ਸੀਗਾ ਤੇ ਮੈਂ ਸੋਚਿਆ ਮੈਂ ਇਸ ਟਾਈਪ ਦਾ ਵੀ ਗਾ ਸਕਦਾ ਹਾਂਜੀ ਕਿਉਂਕਿ ਟਿਊਨਾਂ ਤਾਂ ਮੈਂ ਹੀ ਬਣਾਉਣੀਆਂ ਹੈ ਸੋ ਮੈਂ ਕਿਹਾ ਵੀ ਇਹਦੇ ਮੇਰੀ ਆਪਣੀ ਨਹੀਂ ਹੋਣੀ ਕੁਛ ਸੋ ਮੈਂ ਸੋਚਿਆ ਕਾਫੀ ਮੈਂ ਕਿਹਾ ਵੀ ਕੋਈ ਨਵਾਂ ਸਟਾਈਲ ਹੋਵੇ ਉਹ ਫਿਰ ਫਾਸਟ ਸਟਾਈਲ ਮੈਂ ਲੈਂਦਾ ਹੈ ਨਾ ਫਿਰ ਲੋਕਾਂ ਨੇ ਲਾਈਕ ਬਹੁਤ ਕਿਤੇ ਕਹਿੰਦੇ ਪੰਜਾਬੀ ਰੈਪ ਕਹਿੰਦੇ ਪੰਜਾਬੀ ਰੈਪ ਇੱਦਾਂ ਕਹਿਣ ਲੱਗ ਪਏ ਜਿਸ ਤਰ੍ਹਾਂ ਹਾਂ ਮੈਂ ਵਿੱਚ ਕਰਦਾ ਹੁੰਦਾ ਗੀਤਾਂ 'ਚ ਹੋਰ ਵੀ ਕਰਾਂਗਾ ਲੇਕਿਨ ਹੁਣ ਸਾਰੇ ਬਹੁਤ ਸਾਰੇ ਲੋਕ ਕਰ ਰਹੇ ਹੈ ਨਾ ਕਈ ਗੀਤਾਂ ਮੈਂ ਸੁਣਦੇ ਉਹ ਫਿਰ ਮੈਨੂੰ ਕਹਿੰਦੇ ਲੋਕ ਉਹਦੀ ਕਾਪੀ ਮੈਂ ਕਿਹਾ ਨਹੀਂ ਕਾਪੀ ਨਹੀਂ ਚਲੋ ਆਪਣੀ ਲੱਗਾ ਆ ਜੇ ਕਿਸੇ ਤੋਂ ਕਿਸੇ ਨੂੰ ਦੇਖ ਕੇ ਕੋਈ ਇੰਸਪਾਇਰ ਹੁੰਦਾ ਤੇ ਬਹੁਤ ਵਧੀਆ ਗੱਲ ਹੈ ਨਾ ਸੋ ਇਟਸ ਗੁੱਡ ਹੈ ਹੁਣ ਕਾਫੀ ਲੋਕੀ ਇਦਾਂ ਕਰ ਰਹੇ ਆ ਫਾਸਟ ਫਾਸਟ ਹਾਂਜੀ ਹਾਂ ਤੇ ਮੈਂ ਵੀ ਕਰਾਂਗਾ ਚਲੋ ਫਿਰ ਓਕੇ ਮੈਂ ਐਕਸਾਈਟਡ ਆ ਕਿਉਂਕਿ ਬਹੁਤ ਜ਼ਿਆਦਾ ਟਿਕਟੋਕ ਵੀਡੀਓ ਸੇ ਬਣੇ ਨੇ ਕਿ ਸਾਰੇ ਕੁੜੀਆਂ ਟਰਾਈ ਕਰਦੇ ਸੀਗੇ ਮੈਨੂੰ ਹਾਲੇ ਤੱਕ ਉਹ ਬੋਲ ਸੱਚੀ ਮੈਨੂੰ ਯਾਦ ਨਹੀਂ ਤੁਸੀਂ ਗਾ ਦੋ ਕਰੀ ਹੋ ਜਰਾ ਮੈਂ ਨਹੀਂ ਮੇਰੀ ਬੇਇੱਜ਼ਤੀ ਹੋ ਜਾਣੀ ਹੈ ਨਹੀਂ 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 ਪਰ ਮੈਂ ਬਹੁਤ ਜ਼ਿਆਦਾ ਟਰਾਈ ਕੀਤੀ ਪਰ ਯਾ ਮੇਰੀ ਮੰਮੀ ਦਾ ਵੀ ਫੇਵਰਿਟ ਸੌਂਗ ਹੈ ਥੈਂਕ ਯੂ ਯਾ ਓਕੇ ਗਾਇਸ ਥੈਂਕ ਯੂ ਸੋ ਮੱਚ ਫॉर ਵਾਚਿੰਗ ਥੈਂਕ ਯੂ ਸੋ ਮੱਚ ਕਿ ਤੁਸੀਂ ਇੱਥੇ ਆਏ ਬਹੁਤ ਮਿਹਰਬਾਨੀ ਮੈਨਾਂ ਗੱਲਾਂ ਕੀਤੀਆਂ ਥੈਂਕ ਯੂ ਵੈਰੀ ਮੱਚ ਤੁਸੀਂ ਬਹੁਤ ਸੋਹਣਾ ਇੰਟਰਵਿਊ ਕੀਤਾ ਤੇ ਸਾਰੀ ਟੀਮ ਦਾ ਮੈਂ ਧੰਨਵਾਦੀ ਹਾਂ ਤੇ ਆਈ ਹੋਪ ਯੂ ਲਾਈਕ ਥਿਸ ਨਿਊ ਸੌਂਗ ਟਾਊਨ ਵਿੱਚ ਗੱਲਾਂ ਹੁੰਦੀਆਂ ਟਾਕ ਆਫ ਦ ਟਾਊਨ ਚੈੱਕ ਇਟ ਆਊਟ ਯੈਸ ਬਾਏ ਗਾਇਸ ਸਾਡਾ ਦੁਨੀਆ ਤੇ ਤੋੜ ਕੋਈ ਨਾ